ਅੱਜ ਮੈਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸਰਦਾਰ ਗੋਬਿੰਦ ਸਿੰਘ ਲੌਂਗੋਵਾਲ ਸਾਹਿਬ ਨੂੰ ਮਿਲਣ ਜਾ ਰਿਹਾ ਵਾਂ ਔਰ ਇਸ ਮੁੱਦੇ ਦੇ ਉੱਤੇ ਮਿਲਣ ਜਾ ਰਿਹਾ ਕਿ ਕਰਤਾਰਪੁਰ ਸਾਹਿਬ ਦੇ ਲਾਂਘੇ ਲਈ ਜੋ ਜ਼ਮੀਨ 108 ਏਕੜ ਜੋ ਐਕਵਾਇਰ ਕਰਨੀ ਹੈ ਕਿ ਉਹ ਕਿਉਂਕਿ ਐਮ ਪੀ ਇਲੈਕਸ਼ਨ ਨੇੜੇ ਆ ਗਿਆ ਔਰ ਮੈਨੂੰ ਲੱਗਦਾ ਹੈ ਕਿ ਚੋਣ ਜ਼ਾਬਤਾ ਜਿਹੜਾ ਹੈ ਕਿ ਉਹ ਅਗਲੇ ਮਹੀਨੇ ਤੋਂ ਮਾਰਚ ਤੋਂ ਲੱਗ ਜਾਵੇਗਾ ਔਰ ਇਸ ਲਈ ਨਾਨਕ ਨਾਮ ਲੇਵਾ ਸੰਗਤਾਂ ਵੱਲੋਂ ਕਈਆਂ ਦੇ ਮੈਨੂੰ ਸਿੱਖਾਂ ਦੇ ਫੋਨ ਆਏ ਸਿੰਘਾਂ ਦੇ ਫੋਨ ਆਏ ਕਿ ਮੈਨੂੰ ਉਹਨਾਂ ਨੇ ਦੱਸਿਆ ਕਿ ਜੇ ਸ਼੍ਰੋਮਣੀ ਕਮੇਟੀ ਚਾਹਵੇ ਤਾਂ ਕਰਤਾਰਪੁਰ ਸਾਹਿਬ ਦਾ ਲਾਂਘਾ ਜਿਹੜਾ ਉਹ ਜਲਦੀ ਖੁੱਲ੍ਹ ਸਕਦਾ ਕਿਉਂਕਿ ਕਿਲ੍ਹਾ ਨੱਥੂ ਸਿੰਘ ਵਾਲਾ ਦੇ ਵਿੱਚ 600 ਏਕੜ ਜ਼ਮੀਨ ਸਵਰਗਵਾਸੀ ਸਰਦਾਰ ਨੱਥਾ ਸਿੰਘ ਜੀ ਉਹਨਾਂ ਨੇ ਜਿਹੜੀ ਜ਼ਮੀਨ ਆ ਉਹ ਡੇਰਾ ਬਾਬਾ ਨਾਨਕ ਸ਼੍ਰੋਮਣੀ ਕਮੇਟੀ ਦੇ ਨਾਂ ਹੈ 600 ਏਕੜ ਜ਼ਮੀਨ ਔਰ ਜੇ ਚਾਹਵੇ ਸ਼੍ਰੋਮਣੀ ਕਮੇਟੀ ਕਿਉਂਕਿ ਬਹੁਤ ਵੱਡਾ ਅਦਾਰਾ ਹੈ ਧਾਰਮਿਕ ਅਦਾਰਾ ਹੈ ਸ਼੍ਰੋਮਣੀ ਕਮੇਟੀ ਚਾਹਵੇ ਤਾਂ ਜ਼ਮੀਨ ਅਕਵਾਇਰ ਕਰ ਸਕਦੀ ਹੈ ਸ਼੍ਰੋਮਣੀ ਕਮੇਟੀ ਚਾਹਵੇ ਤਾਂ ਉਹ ਜ਼ਮੀਨ ਦਾ ਉਹਨਾਂ ਕਿਸਾਨਾਂ ਦੇ ਨਾਲ ਤਬਾਦਲਾ ਕਰ ਸਕਦੀ ਹੈ ਔਰ ਇਸ ਕਰਕੇ ਅੱਜ ਅਪੀਲ ਕਰਨ ਲਈ ਮੈਂ ਅੱਜ ਜਾ ਰਿਹਾ ਕਿਉਂਕਿ ਅੱਜ ਐਗਜੈਕਟਿਵ ਕਮੇਟੀ ਦੀ ਉਹਨਾਂ ਦੀ ਅੰਤਰਿੰਗ ਕਮੇਟੀ ਦੀ ਮੀਟਿੰਗ ਵੀ ਆ ਔਰ ਮੈਂ ਪ੍ਰਧਾਨ ਜੀ ਨੂੰ ਇਹ ਅਪੀਲ ਕਰਨ ਜਾ ਰਿਹਾ ਕਿ ਇਹ ਨਾਨਕ ਨਾਮਲੇਵਾ ਸਿੱਖਾਂ ਦੀ ਮੰਗ ਆ ਕਿ ਜੇ ਤੁਸੀਂ ਨਹੀਂ ਕਰ ਸਕਦੇ ਤਾਂ ਫਿਰ ਨਾਨਕ ਨਾਮਲੇਵੇ ਸਿੱਖਾਂ ਨੂੰ ਤੁਸੀਂ ਇਹ ਅਪੀਲ ਕਰੋ ਕਿ ਉਹ ਜਿਹੜੀਆਂ ਸਿੱਖ ਸੰਗਤਾਂ ਨੇ ਉਹ ਆਪਦਾ ਯੋਗਦਾਨ ਪਾ ਕੇ ਜ਼ਮੀਨ ਨੂੰ ਅਕਵਾਇਰ ਕੀਤਾ ਜਾਵੇ ਔਰ ਜਿਹੜੀਆਂ ਅਰਦਾਸਾਂ ਨੇ ਸਾਡੀਆਂ ਉਹ ਪੂਰੀਆਂ ਹੋ ਸਕਣ ਔਰ ਕਰਤਾਰਪੁਰ ਸਾਹਿਬ ਦਾ ਜਿਹੜਾ ਲਾਂਘਾ ਖੁੱਲ੍ਹ ਸਕੇ ਔਰ ਅਸੀਂ ਜਲਦੀ ਤੋਂ ਜਲਦੀ ਜਿਹੜੀਆਂ ਇਹ ਨਾਨਕ ਨਾਮਲੇਵਾ ਸੰਗਤਾਂ ਨੇ ਇਹ ਦਰਸ਼ਨ ਦਦਾਰੇ ਕਰ ਸਕੇ ਉਹਦੇ 'ਚ 108 ਏਕੜ ਜ਼ਮੀਨ ਆ ਔਰ ਜਿਹੜੀ ਕੀਮਤ ਜਿਹੜੀ ਆ ਉਹ 80 ਲੱਖ ਦੇ ਕਰੀਬ ਜਿਹੜੀ ਕੀਮਤ ਜਿਹੜੀ ਉਹ ਭੇਜੀ ਗਈ ਆ ਔਰ ਹੋ ਸਕਦਾ ਕਿ ਉਹ 80 ਲੱਖ ਜਿਹੜਾ ਹੈ ਕਿ BJP ਸਰਕਾਰ ਚਾਹੁੰਦੀ ਹੈ ਕਿ ਇੰਨਾ ਉੱਥੇ ਰੇਟ ਨਹੀਂ ਉਹ ਇੱਕ ਸਿਰਫ ਸਮਾਂ ਟਪਾ ਰਹੇ ਨੇ ਜਾਂ ਤਾਂ BJP ਸਰਕਾਰ ਨੂੰ ਚਾਹੀਦਾ ਕਿ ਜਲਦੀ ਤੋਂ ਜਲਦੀ ਅਕਵਾਇਰ ਕੀਤੀ ਜਾਵੇ ਜੇ ਉਹ ਨਹੀਂ ਕਰਦੇ ਤਾਂ ਸ਼੍ਰੋਮਣੀ ਕਮੇਟੀ ਨੂੰ ਅੱਜ ਇਸੇ ਕਰਕੇ ਅਪੀਲ ਕਰਨ ਜਾ ਰਹੇ ਹਾਂ ਇਹ ਜਿਹੜੀ ਹੈਗੀ ਹੈ ਡੇਰਾ ਬਾਬਾ ਨਾਨਕ ਜਿਹੜਾ ਉੱਥੇ ਜ਼ਮੀਨ ਆ ਗੁਰਦੁਆਰਾ ਸਾਹਿਬ ਦੇ ਨਾਂ ਹੈ ਔਰ ਕਿਲ੍ਹਾ ਨੱਥੂ ਸਿੰਘ ਵਾਲਾ ਜਿਹੜਾ ਪਿੰਡ ਆ ਉਹਦੀ ਜ਼ਮੀਨ ਆ ਉਹ SGPC ਦੀ ਜ਼ਮੀਨ ਆ ਉਹਦੀ ਫਰਦ ਦੀ ਕਾਪੀ ਵੀ ਜਿਹੜੀ ਹੈ ਕਿ ਉਹ ਮੈਂ ਨਾਲ ਲਾਈ ਆ ਜਿਹੜੀ SGPC ਕੋਲ ਆ ਉਹ 600 ਏਕੜ ਆ ਜਿਹੜੀ ਅਕਵਾਇਰ ਕਰਨੀ ਉਹ 108 ਏਕੜ ਆ ਕਰਤਾਰਪੁਰ ਸਾਹਿਬ ਲਾਂਘੇ ਦੀ ਗੱਲ ਕਰ ਰਹੇ ਔਰ ਕਰਤਾਰਪੁਰ ਸਾਹਿਬ ਲਾਂਘੇ ਦੀ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਇਹ ਸਾਰਿਆਂ ਨੂੰ ਪਤਾ ਕਿ ਇਹ ਸਿਹਰਾ ਜਿਹੜਾ ਇਹ ਨਵਜੋਤ ਸਿੰਘ ਸਿੱਧੂ ਦੇ ਸਿਰ ਤੇ ਜਾਂਦਾ ਔਰ ਲੋਕਾਂ ਦੀਆਂ ਜੋ ਲੰਮੇ ਸਮੇਂ ਤੋਂ ਅਰਦਾਸਾਂ ਸੀ ਜੋ ਗੱਲ ਚਲਾਈ ਤਾਂ ਨਵਜੋਤ ਸਿੰਘ ਸਿੱਧੂ ਨੇ ਚਲਾਈ ਔਰ ਅੱਜ ਇਸ ਗੱਲ ਨੂੰ ਸਿਰੇ ਜੇ ਲਾ ਸਕਦੀ ਹੈ ਤਾਂ ਸ਼੍ਰੋਮਣੀ ਕਮੇਟੀ ਲਾ ਸਕਦੀ ਹੈ ਸਿਰੇ ਲਾ ਸਕਦੀ ਹੈ ਅਤੇ BJP ਦੀ ਸਰਕਾਰ ਲਾ ਸਕਦੀ ਹੈ ਅੱਜ ਇਸੇ ਕਰਕੇ ਅਸੀਂ ਇਹ ਦੋਵੇਂ ਰਸਤੇ ਜਿਹੜੇ ਆ ਖੋਲ੍ਹੇ ਆ ਕਿ ਜਿਹੜੀ ਪੰਜਾਬ ਸਰਕਾਰ ਨੇ ਕੈਪਟਨ ਅਮਰਿੰਦਰ ਸਿੰਘ ਜੀ ਨੇ ਪ੍ਰਪੋਜ਼ਲ ਬਣਾ ਕੇ ਭੇਜੀਏ ਜਾਂ ਤਾਂ ਉਹਨੂੰ BJP ਮਨਜ਼ੂਰ ਕਰੇ ਔਰ ਉਹ ਰਸਤਾ ਖੁੱਲ੍ਹ ਜਾਵੇ ਜੇ ਨਹੀਂ ਤਾਂ ਸ਼੍ਰੋਮਣੀ ਕਮੇਟੀ ਜੋ ਕਿ ਬਹੁਤ ਵੱਡਾ ਅਦਾਰਾ ਹੈ ਇਹ ਉਹਨਾਂ ਨੂੰ ਚਾਹੀਦਾ ਕਿ ਜੇ 600 ਏਕੜ ਇੱਕ ਨੱਥਾ ਸਿੰਘ ਨਾਂ ਦਾ ਜਿਹੜਾ ਆਦਮੀ ਹੈ ਜੇ ਉਹ ਦਾਨ ਕਰ ਸਕਦਾ ਤਾਂ ਫਿਰ ਸ਼੍ਰੋਮਣੀ ਕਮੇਟੀ ਉਹ 108 ਏਕੜ ਜ਼ਮੀਨ ਜਿਹੜੀ ਆ ਜਿਹੜੀ ਕਰਤਾਰਪੁਰ ਸਾਹਿਬ ਲਾਂਘੇ ਲਈ ਉਹ ਕਿਉਂ ਨਹੀਂ ਲੈ ਸਕਦੀ ਔਰ ਕਿਉਂ ਨਹੀਂ ਉਹ ਰਸਤਾ ਖੋਲ੍ਹ ਸਕਦੀ ਇਸ ਕਰਕੇ ਮੈਂ ਅੱਜ ਪ੍ਰਧਾਨ ਜੀ ਨੂੰ ਅਪੀਲ ਕਰਨ ਜਾ ਰਿਹਾ 16-17 ਕਿਲੋਮੀਟਰ ਦਾ ਉਹ ਤਾਂ ਤਬਾਦਲਾ ਕਰਨ ਦੀ ਆਪਾਂ ਗੱਲ ਕਰ ਰਹੇ ਹਾਂ ਆਪਾਂ ਤਬਾਦਲਾ ਕਰਨ ਦੀ ਗੱਲ ਕਰ ਰਹੇ ਹਾਂ ਕਿ ਉਹਨਾਂ ਕਿਸਾਨਾਂ ਨਾਲ ਤਬਾਦਲਾ ਹੋ ਜਾਵੇ ਇਹ ਮਸਲਾ ਠੰਡਾ ਨਹੀਂ ਪਵੇਗਾ ਇਹ ਕਰਤਾਰਪੁਰ ਸਾਹਿਬ ਦਾ ਲਾਂਘਾ ਖੁੱਲ੍ਹ ਕੇ ਰਹੇਗਾ ਔਰ ਇਸ ਕਰਕੇ ਅਸੀਂ ਸ਼੍ਰੋਮਣੀ ਕਮੇਟੀ ਨੂੰ ਅਪੀਲ ਕਰ ਰਹੇ ਹਾਂ ਕਿ ਜੇ ਉੱਧਰਲੇ ਬੰਨੇ ਕੋਈ ਚੋਣ ਜ਼ਾਬਤਾ ਲੱਗਦਾ ਤਾਂ ਜਿਹੜੀ ਸ਼੍ਰੋਮਣੀ ਕਮੇਟੀ ਦੇ ਉੱਪਰ ਕੋਈ ਚੋਣ ਜ਼ਾਬਤਾ ਨਹੀਂ ਇਹ ਜਦੋਂ ਮਰਜ਼ੀ ਜ਼ਮੀਨ ਅਕਵਾਇਰ ਕਰ ਸਕਦੀ ਫਿਰ ਇਹ ਆ ਕਿ ਫਿਰ ਅਗਲਾ ਜਿਹੜਾ ਹੈ ਰਣਨੀਤੀ ਉਹ ਅੱਗੇ ਤੋਂ ਦੱਸਾਂਗੇ ਔਰ ਮੇਰੀ ਇਹ ਵੀ ਅਪੀਲ ਆ ਪ੍ਰਧਾਨ ਜੀ ਨੂੰ ਕਿ ਪ੍ਰਧਾਨ ਜੀ ਜੇ ਸ਼੍ਰੋਮਣੀ ਕਮੇਟੀ ਜ਼ਮੀਨ ਨਹੀਂ ਖਰੀਦ ਸਕਦੀ ਜਾਂ ਤਬਾਦਲਾ ਨਹੀਂ ਕਰ ਸਕਦੀ ਤਾਂ ਗੁਰੂ ਨਾਨਕ ਨਾਮਲੇਵਾ ਸੰਗਤਾਂ ਜਿਹੜੀਆਂ ਦੇਸ਼ਾਂ ਵਿਦੇਸ਼ਾਂ 'ਚ ਬੈਠੀਆਂ ਨੇ ਉਹਨਾਂ ਸੰਗਤਾਂ ਨੂੰ ਸ਼੍ਰੋਮਣੀ ਕਮੇਟੀ ਅਪੀਲ ਕਰੇ ਤਾਂ ਕਿ ਉਹ ਸਾਰੇ ਯੋਗਦਾਨ ਪਾਉਣ ਔਰ ਇਹ ਜ਼ਮੀਨ ਜਿਹੜੀ ਅਕਵਾਇਰ ਕੀਤੀ ਜਾਵੇ ਖਰੀਦੀ ਜਾਵੇ ਔਰ ਜਲਦੀ ਤੋਂ ਜਲਦੀ ਜਿਹੜੇ ਦਰਸ਼ਨ ਦਦਾਰੇ ਹੋ ਸਕਣ।